ਇਹ ਜੋ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਅੰਮ੍ਰਿਤਸਰ ਦੀ ਦੱਸੀ ਜਾ ਰਹੀ, ਜਿੱਥੇ ਦਰਬਾਰ ਸਾਹਿਬ ਤੋਂ ਮੱਥਾ ਟੇਕ ਕੇ ਆ ਰਹੇ ਕੁਛ ਸ਼ਰਧਾਲੂਆਂ ਵੱਲੋਂ ਇਹ ਵੀਡੀਓ ਬਣਾਈ ਗਈ ਔਰ ਵਾਇਰਲ ਕੀਤੀ ਗਈ। ਦੱਸ ਦਈਏ ਕਿ ਅੰਮ੍ਰਿਤਸਰ ਦੀਆਂ ਸੜਕਾਂ ਉੱਪਰ ਇੱਕ ਲੜਕੀ ਨਸ਼ੇ ਦੀ ਹਾਲਤ ਵਿੱਚ ਧੁੱਤ ਨਜ਼ਰ ਆਈ, ਜਿਸ ਦੀ ਇੱਕ ਵੀਡੀਓ ਬਣਾ ਕੇ ਵਾਇਰਲ ਕੀਤੀ ਗਈ। ਬਹੁਤ ਹੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਕਿ ਪੰਜਾਬ ਵਿੱਚ ਨਸ਼ਾ ਇਸ ਪੱਧਰ ਤੱਕ ਫੈਲ ਚੁੱਕਾ ਹੈ ਕਿ ਲੜਕੀਆਂ ਵੀ ਇਸ ਦੀ ਚਪੇਟ ਵਿੱਚ ਆ ਚੁੱਕੀਆਂ ਹਨ। ਹਾਲਾਂਕਿ ਕੁਛ ਦਿਨ ਪਹਿਲਾਂ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਨਸ਼ੇ ਖਿਲਾਫ ਵੱਡੀ ਕਾਰਵਾਈ ਕੀਤੀ ਜਾਵੇਗੀ ਅਤੇ ਜਿਸ ਏਰੀਏ ਦੇ ਵਿੱਚ ਨਸ਼ਾ ਵਿਕਦਾ ਹੈ ਉਸਦਾ SSP ਅਤੇ DC ਜ਼ਿੰਮੇਵਾਰ ਹੋਣਗੇ। ਦੇਖਣਾ ਹੋਵੇਗਾ ਕਿ ਇਸ ਵਾਇਰਲ ਵੀਡੀਓ ਸੰਬੰਧੀ ਸ੍ਰੀ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਕਿਹੜਾ ਵੱਡਾ ਐਕਸ਼ਨ ਲੈਂਦੇ ਹਨ। ਦਰਬਾਰ ਸਾਹਿਬ ਆਏ ਸੀ ਮੱਥਾ ਟੇਕਣ ਤੇ ਰਸਤੇ ਚ ਆਉਂਦੇ ਆਉਂਦੇ ਆ ਦੇਖੋ ਵੀ ਕੁੜੀ ਦਾ ਕੀ ਹਾਲ ਆ। ਬਿਲਕੁਲ ਪਹਿਲਾਂ ਚੱਲੀ ਚੱਲੀ ਇੱਧਰ ਨੂੰ ਆ ਗਈ, ਹੁਣ ਤੇ ਮੈਨੂੰ ਲੱਗਦਾ ਪੂਰੀ ਸੈੱਟ ਹੈ ਨਸ਼ੇ ਵਿੱਚ। ਚੱਲ ਚੱਲ ਖਿੱਚਦੇ ਖਿੱਚਦੇ ਗੱਡੀ ਜੋ ਪਿੱਛੇ ਪੈ ਗਈ ਹੈ ਜੀ। ਜਿਹੜੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਕਿ ਇੱਕ ਲੜਕੀ ਨਸ਼ੇ ਦੀ ਹਾਲਤ ਵਿੱਚ ਬੱਸ ਸਟੈਂਡ ਦੇ ਲਾਗੇ ਜਿਹੜੀ ਝੂਮ ਰਹੀ ਹੈ, ਉਸ ਵੀਡੀਓ ਦੇ ਸੰਬੰਧ ਵਿੱਚ ਉਸ ਲੜਕੀ ਨੂੰ ਆਈਡੈਂਟੀਫਾਈ ਕਰਕੇ ਜਿਹੜਾ ਲੈ ਕੇ ਆਉਂਦਾ ਗਿਆ, ਜੋ ਪੁੱਛਗਿੱਛ ਦੌਰਾਨ ਉਸ ਲੜਕੀ ਨੇ ਦੱਸਿਆ ਕਿ ਗਲਤ ਸੰਗਤ ਵਿੱਚ ਪੈਣ ਕਾਰਨ ਜਿਹੜੀ ਉਹ ਸ਼ਰਾਬ ਦੀ ਆਦੀ ਹੋ ਗਈ ਸੀ ਤੇ ਕੱਲ ਵੀ ਸ਼ਰਾਬ ਦੇ ਨਸ਼ੇ ਦੇ ਵਿੱਚ ਬੱਸ ਸਟੈਂਡ ਦੇ ਵਿੱਚ ਉਹਦੀ ਵੀਡੀਓ ਕਿਸੇ ਨੇ ਸ਼ੂਟ ਕਰ ਲਈ ਸੀ। ਉਸ ਲੜਕੀ ਕੋਲੋਂ ਲਿਖਤੀ ਮੁਆਫੀਨਾਮਾ ਲਿਆ ਗਿਆ ਕਿ ਅੱਗੇ ਤੋਂ ਅਜਿਹੀ ਹਰਕਤ ਨਹੀਂ ਕਰੇਗੀ ਅਤੇ ਉਸਨੂੰ ਪਰਿਵਾਰਕ ਮੈਂਬਰਾਂ ਦੇ ਹਵਾਲੇ ਜਿਹੜਾ ਕਰ ਦਿੱਤਾ ਗਿਆ ਹੈ।